ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2016 22 ਮਾਰਚ ਨੂੰ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਆਰੰਭ ਕੀਤੀ ਗਈ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤਾਂ ਦੇ ਭਾਰੀ ਇਕੱਠ ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਅਰਦਾਸ ਕਰਕੇ ਸ਼ਹੀਦ ਭਾਈ ਲక్ష్ਮਨ ਸਿੰਘ ਧਾਰੋ ਵਾਲਿਆਂ ਨੂੰ ਸਮਰਪਿਤ ਹੁੰਦਿਆਂ 100 ਸਾਲ ਬਾਅਦ ਇਸ ਲਹਿਰ ਨੂੰ ਆਰੰਭ ਕਰਵਾਇਆ ਜਿਸ ਦਾ ਮੁੱਖ ਮਕਸਦ ਗੁਰੂ ਘਰ ਦੀ ਪਵਿੱਤਰਤਾ ਸੇਵਾ ਸੰਭਾਲ ਇਤਿਹਾਸ ਵਿਰਾਸਤਾਂ ਗੁਰੂ ਕੀਆ ਗੋਲ ਕਾ ਜ਼ਮੀਨਾ ਤੇ ਸੇਤ ਸਿੱਖਿਆ ਸਿੱਖ ਬੱਚਿਆਂ ਦੀ ਹੋਂਦ ਸੁਰੱਖਿਆ ਨੂੰ ਮੁੱਖ ਰੱਖ ਕੇ ਇਹ ਰਾ ਕਾਰਜ ਆਰੰਭ ਕੀਤਾ ਗਿਆ ਔਰ ਗੁਰੂ ਘਰਾਂ ਦੇ ਵਿੱਚੋਂ ਨਰਾਇਣੂ ਮਹੰਤ ਵਰਗੇ ਜਿਹੜੇ ਲੋਕ ਸਿਆਸਤ ਕਰ ਰਹੇ ਸਨ ਉਹਨਾਂ ਨੂੰ ਕੱਢਣ ਵਾਸਤੇ 2017 ਤੇ 2021 ਸਭ ਤੋਂ ਪਹਿਲਾਂ ਦਿੱਲੀ ਦੇ ਵਿੱਚ ਇਲੈਕਸ਼ਨ ਲੜੇ ਗਏ ਇੱਕ ਤਾਂ ਕਾਂਗਰਸ ਦਾ ਜਿਹੜਾ ਬਣਿਆ ਸੀ بڑا ਭਾਈਵਾਲ ਸਰਨਾਪਾਰਟੀ ਦੂਸਰਾ ਸੀਗਾ ਆ ਬਦਲਕਿਆਂ ਦੇ ਜੀਕੇ ਸਿਰਸੇ ਇਹਨਾਂ ਦੇ ਖਿਲਾਫ ਉਸੇ ਜਾ ਕੇ ਦਿੱਲੀ ਚ ਝੰਡਾ ਗੱਡਿਆ ਜਾਂਦਾ ਔਰ ਉਸ ਵਿੱਚ 46 ਸੀਟਾਂ ਸਨ 28 ਬੰਦੇ ਅਸੀਂ ਖੜੇ ਕੀਤੇ 46 ਨਹੀਂ ਕੀਤੇ ਬਾਕੀ ਅਸੀਂ ਸੀਟਾਂ ਛੱਡੀਆਂ ਹੋਈਆਂ ਸਨ 10 ਸਿੰਘ ਸਾਹਿਬ ਜੀ ਨੂੰ ਤੇ ਬਾਕੀ ਬਾਕੀਆਂ ਨੂੰ ਔਰ ਉਦੋਂ ਬਾਅਦ ਉੱਥੇ ਸਾਡੇ ਕੁਝ ਬੰਦੇ ਦੂਜੇ ਨੰਬਰ ਤੇ ਆਏ ਕੁਝ 90 ਵੋਟਾਂ ਦੇ ਪਿੱਛੇ ਹਰਾ ਦਿੱਤੇ ਗਏ ਔਰ ਸੱਤ ਬੰਦੇ ਸਾਡੇ ਦੂਸਰੇ ਨੰਬਰ ਤੇ ਆਉਂਦੇ ਨੇ ਅੰਕੜੇ ਕਹਿੰਦੇ ਨੇ ਪਹਿਲੀ ਦਫਾ ਸਾਡੀ 8.5% ਬੋਲ ਸੀ ਤੇ ਦੂਜੀ ਵਾਰੀ 13% ਤੱਕ ਚਲੀ ਗਈ ਔਰ 2017 ਤੋਂ ਲੈ ਕੇ ਉੱਥੇ ਜਿਹੜੀਆਂ ਜਿਹੜੀਆਂ ਪਾਰਟੀਆਂ ਨੇ ਫਾਈਟ ਕੀਤੀ ਉਹਨਾਂ ਦੇ ਵਿੱਚ ਸਰਨੇ ਤੇ ਸਿੰਘ ਸਾਹਿਬ ਰਣਜੀਤ ਸਿੰਘ ਜੀ ਜੇ ਤੇ ਜਿੱਤ ਗਏ ਤੇ ਸਾਡੀ ਗੱਲਬਾਤ ਬਹੁਤ ਹੈ ਜੇ ਹਾਰ ਗਏ ਤੇ ਵਡਾਲੇ ਨੇ ਹਾ ਹਰਾ ਦਿੱਤਾ ਹੈ ਪਰ ਵਡਾਲੇ ਦੀ ਔਕਾਤ ਕੋਈ ਨਹੀਂ ਨਾਲੀ ਵੀ ਗੱਲ ਕਹਿਣੀ ਹੈ ਮੈਂ ਨਹੀਂ ਸੀ ਚਾਹੁੰਦਾ ਭਰਾ ਮਾਰੂ ਜੰਗ ਦੇ ਵਿੱਚ ਪੈਣਾ ਪਰ ਇਨਾਂ ਨੇ ਪਿਛਲੇ 17 ਤੋਂ ਲੈ ਕੇ ਅੱਜ ਤੱਕ ਕਦੇ ਸਿੱਖ ਸਦਭਾਵਨਾ ਦਲ ਨੂੰ ਜਾਂ ਮੈਨੂੰ ਉਹਨਾਂ ਨੇ ਨਿਸ਼ਾਨਾ ਬਣਾ ਕੇ ਮੈਂ ਇੱਕ ਕੀਰਤਨੀਆ ਪਹਿਲਾਂ ਆ ਵਡਾਲਾ ਬਾਦ ਵਿੱਚ ਆ ਸਿੱਖ ਪਹਿਲਾਂ ਆ ਵਡਾਲਾ ਬਾਦ ਵਿੱਚ ਆ ਉਹ ਮੇਰਾ ਪਿੰਡ ਹੈ ਇਸ ਵਡਾਲੇ ਨੇ ਦਿੱਲੀ ਚ ਸਾਡੇ ਨਾਲ ਧੋਖਾ ਕਰਤਾ ਜੀ ਇਹ ਵਡਾਲਾ ਬਾਦਲ ਕਿਆਂ ਨੇ ਸਰੂਪੇ ਪਾ ਕੇ ਦਿੱਲੀ ਭੇਜਿਆ ਜੀ ਇਸ ਵਡਾਲੇ ਨੂੰ ਬਾਦਲ ਕੇ ਪੈਸੇ ਦਿੰਦੇ ਨੇ ਜੀ ਇਹ ਬਡਾਲਾ ਠੁਮ ਟੁਮ ਐਂਡ ਪਾਰਟੀ ਦਾ ਬੰਦਾ ਜੀ ਅਗਰ ਇਹ ਸਬੂਤ ਤੁਹਾਡੇ ਕੋਲੋਂ ਮੈਂ ਅਦਾਲਤ ਵਿੱਚ ਮੰਗ ਲਵਾਂ ਤੇ ਤੁਹਾਨੂੰ ਅਦਾਲਤ ਮਾਨਹਾਨੀ ਦੇ ਕੇਸ ਵਿੱਚ ਅੰਦਰ ਕਰਦਾ ਤੇ ਫਿਰ ਜਿਹੜੇ ਤੁਹਾਡੇ ਭਗਤ ਹੋਣਗੇ ਉਹ ਕਹਿਣਗੇ ਜੀ ਕੁਰਬਾਨੀ ਵਾਲੇ ਬੰਦਿਆਂ ਨੂੰ ਸਜ਼ਾਵਾ ਕਰਾਤੀਆਂ ਬਡਾਲੇ ਤੇ ਵਾਕਈ ਸਰਕਾਰੀ ਬੰਦੇ ਨੇ ਪਰ ਅਸੀਂ ਸਾਰਾ ਕੁਝ ਸੁਣਿਆ ਇਹ ਅਲ ਬੇਲਾ ਰਗੀ ਆ ਜੀ ਇਹ ਤਰ੍ਹਾਂ ਇਹ ਰਾਗੀਆਂ ਦੇ ਕੀਰਤਨ ਦੇ ਨਾਂ ਤੇ ਧੰਦਾ ਕਰ ਰਿਹਾ ਜੀ ਕਈ ਤਰ੍ਹਾਂ ਦੇ ਇਲਜ਼ਾਮ ਹੁਣ ਤੱਕ ਮੈਂ ਸੁਣੇ ਆ ਅਕਲ ਦੀ ਇੱਕ ਵੀਡੀਓ ਹੋਰ ਮੇਰੇ ਸਾਹਮਣੇ ਆਈ ਆ ਜਿਹੜੀ ਇੱਕ ਸ਼ਿਖਰ ਹੈ ਤੇ ਜਿਹੜੀ ਸ਼ਬਦਾਵਲੀ ਹੈ ਉਹ ਸੰਗਤ ਜੀ ਤੁਸੀਂ ਖੁਦ ਸੁਣ ਲਿਓ ਸ਼ਾਇਦ ਉਸ ਸ਼ਬਦਾਵਲੀ ਨੂੰ ਥਾਣੇ ਦੇ ਵਿੱਚ ਚਲੇ ਜਾਓ ਤੇ ਥਾਣੇ ਵਾਲੇ ਪੁਲਿਸ ਅਫਸਰ ਵੀ ਲੈਕ ਨਹੀਂ ਕਰਨਗੇ ਉਸ ਸ਼ਬਦਾਵਲੀ ਨੂੰ ਸਕੂਲ ਦੇ ਵਿੱਚ ਪੜਨ ਵਾਲੇ ਪੜਾਉਣ ਵਾਲੇ ਵੀ ਉਨੂੰ ਪਰਵਾਨੇ ਕਰਨਗੇ ਕਿਸੇ ਹਸਪੀਟਲ ਦੇ ਵਿੱਚ ਪਰਵਾਨੇ ਕਰਨਗੇ ਅਫਸੋਸ ਜਿਨ੍ਹਾਂ ਨੂੰ ਅਸੀਂ ਜਥੇਦਾਰ ਸਾਹਿਬ ਆਖਦੇ ਆ ਉਹ ਇਹ ਸ਼ਬਦ ਵਰਤ ਰਹੇ ਨੇ ਤੇ ਸੁਣਾ ਕਿੰਨਾਂ ਨੂੰ ਰਹੇ ਨੇ ਜਿਨ੍ਹਾਂ ਨੂੰ ਅਸੀਂ 21 ਵਿਸਵੇ ਗੁਰੂ ਕੀ ਸਿੱਖ ਸੰਗਤਾ ਕਿਤੇ ਆ ਤੇ ਜਿਸ ਸੰਗਤ ਨੂੰ ਗੁਰੂ ਆਖਦਾ ਹੈ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਹerai ਸਾਨੂੰ ਸੰਗਤ ਤੇ ਗੁਰੂ ਦਾ ਅਸਰ ਹੈ ਉਸ ਸੰਗਤ ਨੂੰ ਕੀ ਕਹਿ ਰਹੇ ਨੇ ਸਿੰਘ ਸਾਹਿਬ ਜੀ ਆਓ ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਸਰਵਣ ਕਰਾਉਣਾ ਕਰਿਓ ਨਾਮ ਵਾਲੇ ਨਾਲ ਨਾ ਮੰਨਦਾ ਹੋਰ ਕੋਈ ਨਾ ਲਓ ਅੱਜ ਪਹਿਲਾ ਦਵਾਰਾਲ ਨਹੀਂ ਹੋ ਸਕਦੀ ਕਿਉਂਕਿ ਮੈਂ ਦੇਖ ਚੁੱਕਾ ਹਾਂ ਸਾਧੂ ਸਾਧ ਦੇਖ ਚੁੱਕਾ ਹਾਂ ਔਰ ਧੋਖੇ ਖਾ ਚੁੱਕਾ ਜਿਹੜੇ ਅੱਜ ਤੱਕ ਦੇਖਿਆ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਹੈ ਨਾ ਅਸੀਂ ਇਹ ਦਵਾਰਾਲ ਨੂੰ ਤੁਸੀਂ ਇਹ ਧਾਰਮਿਕ ਮੰਨਦੇ ਹੋ ਤੇ ਦੇਖਣ ਗਿਆ ਜਲੰਧਰ 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 ਪਾਈ ਪਾਈ ਇਲੈਕਸ਼ਨ ਦੇ ਵਿੱਚ ਕੇਸ ਧਾਰ ਯੂਕੇਐਸ ਕੀ ਧਾਰੀ ਬੀਬੀ ਨੂੰ ਖੜਾ ਕੀਤਾ ਨੇ ਤਾਂ ਮੁਖseva ਚੋਰ ਤੇ ਚੋਰ ਹੈ ਨਹੀਂ ਚੋਰ ਤੇ ਚੋਰ ਹੈ ਪਰ ਚੋਰ ਤੇ ਪਰ ਰਾਸੀ ਗੱਲ ਹੋ ਗਈ ਨਾ ਧਰਮ ਨੂੰ ਪੌੜੀ ਬਣਾ ਕੇ ਸਾਡੇ ਬਿਨਾ ਕਰ ਕਰ ਗਈ ਚੋਰ ਪੰਜਾਬ ਦੇ ਵੋਟਰਾਂ ਦੀ ਇਸ ਤਰ੍ਹਾਂ ਇੱਥੇ ਵੀ ਸੰਗਤ ਚੋ ਸਵਾਦ ਹੋਇਆ ਸੀ ਕਿਉਂਕਿ ਆਮ ਸੰਗਤ ਦੇ ਲਈ ਤੁਹਾਡਾ ਵਿਚਾਰ ਹੈ ਮਜੀਦ ਸਿੰਘ ਉਡਾਣਾ ਦਾ ਸੋ ਇਹ ਸੰਗਤ ਇਹ ਦਾ ਸੰਗਤ ਇਹ ਦਾ ਗਉੜਾ ਕਰ ਦੋ ਹਾਂ ਇੱਥੇ ਸਾਡੇ ਹਲਕੇ ਦੇ ਵਿੱਚ ਕਟਕਟ ਹਾਂ ਹੁਣ ਇਹ ਸੰਗਤ ਜੀ ਤੁਸੀਂ ਸੁਣ ਲਿਆ ਕਿ 328 ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦਲਿਆਂ ਵੱਲੋਂ ਚੋਰੀ ਵਿੱਚ ਤੇ 36 ਮਹੀਨੇ ਹੋ ਗਏ ਤੇ 7ਵੇਂ ਸ਼ੁਰੂ ਭਾਵ ਤੀਜੇ ਸਾਲ ਤੋਂ ਚੌਥੇ ਸਾਲ 'ਚ ਅਸੀਂ ਪ੍ਰਵੇਸ਼ ਕਰ ਗਏ ਨਾ ਤੇ 328 ਸਰੂਪਾਂ ਲਈ ਉਸ ਲੱਗੇ ਹੋਏ ਮੋਰਚੇ 'ਚ ਕਿਤੇ ਕੋਈ ਇਹ ਪੰਥਕ ਪਹੁੰਚੇ ਤੇ ਨਾ ਹੀ ਸਰਕਾਰ ਪਹੁੰਚੀ ਕਦੇ ਕੈਪਟਨ ਕਦੇ ਚੰਨੀ ਸਾਹਿਬ ਤੇ ਕਦੇ ਮਾਨ ਸਾਹਿਬ ਇਨ੍ਹਾਂ ਦੇ ਘਰਾਂ ਦੇ ਬਾਹਰ ਵੀ ਅਸੀਂ ਕੀਰਤਨ ਕੀਤੇ ਆ ਮੰਤਰੀਆਂ ਨੇ ਭਗਵੰਤ ਮਾਨ ਦੇ ਬੂਹੇ ਦੇ ਬਾਹਰ ਬੈਠ ਕੇ ਵੀ ਕੀਰਤਨ ਕੀਤਾ ਹੈ 800 ਪੁਲਿਸ ਮੁਲਾਜ਼ਮ ਸਾਨੂੰ ਚੁੱਕ ਕੇ ਲੈ ਜਾਂਦਾ ਹੈ ਉਥੋਂ ਮੰਤਰੀਆਂ ਦੇ ਘਰਾਂ ਦੇ ਬਾਹਰ ਕੀਰਤਨ ਕਰ ਕੀਤੇ ਗਏ ਪ੍ਰਸ਼ਾਸਨ ਨੇ ਗੱਲ ਨਹੀਂ ਸੁਣੀ ਅਦਾਲਤਾਂ ਨੇ ਤਰੀਕਾ ਦਿੱਤੀਆਂ ਹਾਈ ਕੋਰਟ ਨੇ ਹੁਣ ਤੱਕ ਸਾਨੂੰ ਸਰਕਾਰਾਂ ਨੇ ਗੱਲ ਨਹੀਂ ਸੁਣੀ ਤੇ ਜੇ ਅਸੀਂ ਆਪਣੇ ਰੋਸ ਨੂੰ ਚੁੱਕ ਕੇ ਜਿਮਨੀ ਚੋਣ ਤੱਕ ਲੈ ਗਏ ਆ ਕਿ ਹੁਣ ਅਸੀਂ ਤਪੜਾਂ ਤੇ ਬਹਿਣ ਦੀ بجائے ਮੈਦਾਨੇ ਜੰਗ ਦੇ ਵਿੱਚ ਜਾ ਕੇ ਜੂਝਾਂਗੇ ਕਿ ਹੁਣ ਲੋਕ ਫੈਸਲਾ ਕਰਨਗੇ ਕਿ ਲੋਕ ਕਿੱਥੇ ਲੋਕਤੰਤਰ ਕਿੱਥੇ ਖੜਾ ਹੈ ਮੁਬਾਰਕ ਬਾਤ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਆ ਸਾਨੂੰ ਰਾਜਨੀਤਿਕ ਜਾਣ ਕੇ ਵੋਟਾਂ ਨਹੀਂ ਪਾਈਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਲਈ ਪਾਈਆਂ ਔਰ 5000 ਦੇ ਕਰੀਬ ਜਿਹੜੀਆਂ ਸਾਨੂੰ ਉੱਥੇ ਵੋਟਾਂ ਪਈਆਂ ਨੇ ਉਹ ਸਿੱਖ ਪਰਿਵਾਰਾਂ ਦੇ ਨਾਲ ਨਾਲ ਬਾਕੀ ਦੇ ਪਰਿਵਾਰ ਵੀ ਸਨ ਬਾਕੀ ਮਸਬਾਂ ਦੇ ਧਰਮਾਂ ਦੇ ਮਤਾਂ ਦੇ ਲੋਕ ਵੀ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਉੱਥੇ ਵੋਟਾਂ ਪਾਈਆਂ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਇਨਸਾਫ ਲੈਣ ਲਈ ਗਏ ਸਾਂ ਇੱਕ ਬੰਨੇ ਆਮ ਆਦਮੀ ਪਾਰਟੀ ਦੇ ਬੰਦੇ ਕਾਂਗਰਸ ਦੇ ਬੰਦੇ ਕਾਲੀਆਂ ਦੇ ਬੰਦੇ ਈਡੀ ਤੋਂ ਡਰਦੇ ਭਾਜਪਾ 'ਚ ਜਾ ਰਹੇ ਸਨ ਇਹ ਕਸੀਸਾਂ ਗੁਰੂ ਗ੍ਰੰਥ ਸਾਹਿਬ ਵਾਸਤੇ ਅਸੀਂ ਫਾਈਟ ਕਰ ਰਹੇ ਸਾਂ ਜਿਹਨੂੰ ਸਿੰਘ ਸਾਹਿਬ ਜੀ ਇਹ ਕਹਿ ਰਹੇ ਨੇ ਕਿ ਇੱਕ ਕਿਸ ਕੇਸ ਕੀ ਵਾਲੀ ਬੀਬੀ ਨੂੰ ਖੜਾ ਕਰਕੇ ਤੇ ਵਡਾਲਾ ਉਥੇ ਖੇ ਖਾਣ ਗਿਆ ਹੁਣ ਇਹ ਫੈਸਲਾ ਸ਼ਬਦ ਨੇ ਸੰਗਤ ਨੇ ਕਰਨਾ ਹੈ ਕਿ ਖੇ ਕਿੱਥੇ ਖਾਈ ਜਾਂਦੀ ਹੈ ਕੌਣ ਖਾਂਦੇ ਨੇ ਤੇ ਕਿਵੇਂ ਖਾਂਦੇ ਨੇ ਔਰ ਉਹ ਕਿਹੜੇ ਲੋਕ ਸਨ ਇਹ ਸਿੰਘ ਸਾਹਿਬ ਜੀ ਤੋਂ ਪੰਥ ਜ਼ਰੂਰ ਸਵਾਲ ਪੁੱਛੇ ਇਹ ਵੀ ਪੁੱਛੇ ਕਿ ਇਹ ਸਟੇਟਮੈਂਟ ਤੇ ਸਿੰਘ ਸਾਹਿਬ ਜੀ ਦੀ ਹੈ ਜਾਂ ਕਿਸੇ ਹੋਰ ਜੀ ਦੀ ਹੋਰ ਦੀ ਹੈ ਤੁਸੀਂ ਜੋ ਮਰਜ਼ੀ ਕਰੋ ਤੇ ਪੰਥਕ ਸੇਵਾ ਅਸੀਂ ਜੁੱਜੀਏ ਤਾਂ ਇੱਕ ਇਹ ਖਾਣ ਵਾਲੀ ਗੱਲ ਹੈ ਤੇ ਹੁਣ ਜਿਹੜੇ ਲੋਕ ਅੱਜ ਤੱਕ ਐਮਸੀ ਪੰਚਾਇਤੀ ਐਮਪੀ ਐਮਐਲਏ ਚੋਣਾ ਲੜ ਕੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣੇ ਹੋਏ ਆ ਉਹਨਾਂ ਨੂੰ ਵੀ ਪੁੱਛਾਂਗਾ ਕਿ ਤੁਸੀਂ ਖੇ ਖਾਂਦੇ ਹੋ ਸਿੰਘ ਸਾਹਿਬ ਜੀ ਅਨੁਸਾਰ ਔਰ ਇਹ ਵੀ ਪੁੱਛਾਂਗਾ ਕਿ ਜਿਹੜੇ ਬਾਦਲਕਿਆਂ ਦੇ ਵਿੱਚ ਬਹੁ ਗਿਣਤੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ ਮੰਤਰੀ ਵੀ ਰਹੇ ਨੇ ਅੱਜ ਵੀ ਉਹ ਮੈਂਬਰ ਨੇ ਹੁਣ ਵੀ ਕੱਲ ਵੋਟਾਂ ਪਾ ਕੇ ਆਇਆ ਕਿ ਸਿੰਘ ਸਾਹਿਬ ਜੀ ਇਹਨਾਂ ਨੂੰ ਵੀ ਕਹਿਣਗੇ ਵੀ ਕੱਲ ਤੇਜਾ ਸਿੰਘ ਸਮੁੰਦਰੀ ਹਾਲ ਚ ਖੇ ਖਾ ਕੇ ਆਏ ਹੋ ਤੁਸੀਂ ਉੱਥੇ ਰਾਜਨੀਤੀ ਕਰਕੇ ਆਏ ਹੋ ਇਹ ਵੀ ਪੁੱਛਾਂ ਸਿੰਘ ਸੰਗਤ ਪੁੱਛੇ ਕਿ ਜਿਹੜੇ ਸਰਨੇ ਸਨ ਕਿ ਇਹ ਧਾਰਮਿਕ ਸਨ ਔਰ ਜਿਹੜੇ ਜੀਕੇ ਸਨ ਸਿਰਸੇ ਸਨ ਕਿ ਇਹ ਧਾਰਮਿਕ ਨੇ ਇਹਨਾਂ ਨਾਲ ਸਿੰਘ ਸਾਹਿਬ ਮਿਲ ਕੇ ਲੜਦੇ ਤੇ ਜਿੱਤ ਸਕਦੇ ਸੀ ਜੋ ਇਹ ਕਹਿ ਰਿਹਾ ਸਾਨੂੰ ਵਿਡਾਲੇ ਨੇ ਹਰਾਤਾ ਇਨਾ ਕਰਕੇ ਅਸੀਂ ਜਿੱਤ ਸਕਦੇ ਸਾਂ ਇਹ ਕੀ ਸਾਰੀ ਖੇ ਹੈ ਤੇ ਜਿਹੜੇ ਬੇਅਦਬੀ ਕਾંડ ਲਈ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਾਫ ਲਈ ਬੈਠੇ ਨੇ ਕਿ ਜਾਂ ਇਸ ਨੂੰ ਤੁਸੀਂ ਕਹੋਗੇ ਖੇ ਹੈ ਫਿਰ ਜਿਸ ਬੀਬੀ ਲਈ ਪੰਥ ਜਿਹੜਾ ਸ਼ਬਦ ਵਰਤਦਾ ਸੀ ਕਿ ਦੁਸ਼ਮਣ ਦੀ ਬਹੂ ਬੇਟੀ ਵੀ ਸਾਡੇ ਖੇਮੇ 'ਚ ਭੁਲੇਖੇ ਨਾਲ ਆ ਜਾਏ ਉਹਨੂੰ ਧੀ ਭੈਣ ਸਮਝ ਕੇ ਉਹਦੇ ਮਾਂ ਸਮਝ ਕੇ ਘਰੇ ਛੱਡ ਕੇ ਆਓ ਪਰ ਇਥੇ ਸਿੰਘ ਸਾਭਜੀ ਤੇ ਤੁਹਾਡੀ ਬੱਚੀਆਂ ਵਰਗੀ ਇੱਕ ਧੀ ਸੀ ਬੇਟੀ ਸੀ ਤੁਹਾਡੀ ਔਰ ਉਹ ਬੇਟੀ ਵੀ ਕਹਦੀ ਐ ਭਾਈ ਮੰਗਤ ਸਿੰਘ ਦੀ ਜਿਹੜਾ ਪੰਜ ਪਿਆਰੇ ਸਿੰਘਾਂ ਚ ਲੱਗ ਕੇ ਸੇਵਾਵਾਂ ਕਰਦਾ ਰਿਆ ਤੇ ਸ਼੍ਰੋਮਣੀ ਕਮੇਟੀ ਦੇ ਮਾੜੇ ਪ੍ਰਬੰਧ ਨੂੰ ਦੇਖਦਿਆਂ ਅਸਤੀਫਾ ਦੇ ਗਏ ਉਦੋਂ ਬਾਅਦ ਇਹ ਉਹ ਨੌ ਕਿਸ ਦੀ ਐ ਜਿਹੜਾ ਭਾਈ ਮਲਕੀਤ ਸਿੰਘ 1984 ਦੇ ਵਿੱਚ ਫਟੜ ਹੋਇਆ ਜੋਧਪੁਰ ਜੇਲ੍ਹ ਕੱਟੀ ਬੰਬ ਦੇ ਨਾਲ ਫਟੜ ਹੋਇਆ ਤੇ ਅੱਜ ਵੀ ਉਹ ਫੌੜੀਆਂ ਨਾ ਤੁਰਦਾ ਉਸ ਦੀ ਨੋਂ ਹੈ ਉਦੋਂ ਬਾਅਦ ਇਹ ਘਰ ਵਾਲੀ ਕਿਸ ਦੀ ਹੈ ਮੇਰੇ ਸਾਥੀ ਭਾਈ ਇਕਬਾਲ ਸਿੰਘ ਦੀ ਸਿੰਘ ਸਾਹਿਬ ਜੀ ਤੁਸੀਂ ਤਾਂ ਤੁਹਾਨੂੰ ਬਾਦਲਾ ਨੇ ਅਹੁਦੇ ਤੋਂ ਲਾਹ ਦਿੱਤਾ ਤੇ ਤੁਸੀਂ ਤਾਂ ਬੋਲੇ ਹੋ ਪਰ ਇਕਬਾਲ ਸਿੰਘ ਤਾਂ ਬੋਲ ਕੇ ਲੱਥਾ ਮੇਰੇ ਨਾਲ ਸੱਚ ਬੋਲਣ ਤੋਂ ਬਾਅਦ ਸਾਨੂੰ ਲਾਇਆ ਗਿਆ ਨਾ ਅਸੀਂ ਰਿਟਾਇਰਮੈਂਟ ਹੋਏ ਆ ਨਾ ਅਸੀਂ ਅਸਤੀਫਾ ਦਿੱਤਾ ਹੈ ਸਾਨੂੰ ਤੇ ਧੱਕੇ ਨਾਲ ਉਥੋਂ ਕੱਢਿਆ ਜਾਂਦਾ ਕਾਰਨ ਅਸੀਂ ਸੱਚ ਬੋਲੇ ਆ ਤੁਸੀਂ ਲੱਥ ਕੇ ਬੋਲੇ ਹੋ ਅਸੀਂ ਬੋਲ ਕੇ ਲੱਥੇ ਆ ਇਹ ਫੈਸਲਾ ਸੰਗਤ ਨੇ ਕਰਨਾ ਤੇ ਭਾਈ ਕਬਲ ਸਿੰਘ ਕਰੀਬਨ 20 ਸਾਲ ਦਾ ਸਮਾਂ ਜਤੀਮ ਖਾਨੇ ਚ ਰਹਿ ਕੇ ਕੀਰਤਨ ਸਿੱਖਦਾ ਉਦੋਂ ਬਾਅਦ ਮੇਰੇ ਨਾਲ 20 ਸਾਲ ਤੋਂ ਹੁਣ ਸੇਵਾ ਨਿਭਾਰਿਆ ਏ ਇੱਥੇ ਨੌਕਰੀਆਂ ਵਾਸਤੇ ਈਮਾਨ ਵੇਚ ਜਾਂਦੇ ਨੇ ਕੁਰਸੀਆਂ ਵਾਸਤੇ ਧਰਮ ਬਦਲ ਦਿੰਦੇ ਨੇ ਪਿਓ ਬਦਲ ਜਾਂਦੇ ਨੇ ਪਰ ਭਾਈ ਇਕਵਲ ਸਿੰਘ ਨੇ ਤੇ ਨੌਕਰੀ ਦੀ ਪੈਸੇ ਦੀ ਪਰਵਾਹ ਨਾ ਕਰਕੇ ਮੇਰੇ ਨਾਲ ਮੋਢਾ ਜੋੜ ਲਿਆ ਉਸ ਦੀ ਘਰ ਵਾਲੀ ਹੈ ਅਮਰਤਾਰੀ ਹੈ ਔਰ ਪਿਛਲੇ 36 ਮਹੀਨਿਆਂ ਤੋਂ ਸਾਡੇ ਮੋਰਚੇ 'ਚ ਬੈਠੀ ਹੈ ਹੁਣ ਜਿਹੜਾ ਉਹਦੇ ਘਰ 'ਚ ਬੇਟੀ ਉਹਦੀ ਛੋਟੀ ਸਹਿਬਕੌਰ ਉਹ ਬੱਚੀ ਉਸੇ ਮੋਰਚੇ 'ਚ ਹੀ ਹੋਈ ਹੈ ਤੇ ਮੋਰਚੇ 'ਚ ਹੀ ਪੜੀ ਹੈ ਮੋਰਚੇ 'ਚ ਹੀ ਬੋਲਣਾ ਸਿੱਖਿਆ ਹੈ ਔਰ ਕੋਰੋਨਾ ਕਾਲ ਦੇ ਵਿੱਚ ਵੀ ਉਹ मां ਬਣਨ ਤੋਂ ਪਹਿਲਾਂ ਤੇ मां ਬਣਨ ਤੋਂ ਬਾਅਦ ਬੇਟੀ ਨੂੰ ਲੈ ਕੇ ਉੱਥੇ ਬੈਠੀ ਦੀ ਰਹੀ ਐ ਜਿਹਨੂੰ ਤੁਸੀਂ ਕੇਸ ਕੀ ਵਾਲੀ ਬੀਬੀ ਕਹਿ ਕੇ ਪੰਡ ਰਹੇ ਹੋ ਇਹਦਾ ਜਵਾਬ ਸੰਗਤ ਨੇ ਲੈਣਾ ਹੈ ਸੰਗਤ ਜੀ ਇਹ ਵੀ ਨਾਲ ਕਵਾਂਗਾ ਕਿ ਜਿਹੜਾ ਵਾਰ-ਵਾਰ ਕਿਹਾ ਜਾ ਰਿਹਾ ਸਾਨੂੰ ਸਮਾਂ ਨਹੀਂ ਦਿੱਤਾ ਮੈਂ ਨਹੀਂ ਕਵਾਂਗਾ ਸਿੰਘ ਸਾਹਿਬ ਝੂਠ ਬੋਲਦੇ ਇਹ ਜ਼ਰੂਰ ਕਵਾਂਗਾ ਇਹਦੇ ਪ੍ਰੂਫ ਜਨਤਕ ਕਰ ਦਿਓ ਨਹੀਂ ਕਰ ਸਕਦੇ ਅੱਜ ਵੀ ਕਹਿ ਰਿਹਾ ਹੈ ਸਿੰਘ ਸਾਹਿਬ ਜੀ ਸਮਾਂ ਵੀ ਤੁਹਾਡਾ ਕਾਮੀ ਤੁਹਾਡੀ ਤਰੀਕ ਵੀ ਤੁਹਾਡੀ ਸਵਾਲ ਵੀ ਤੁਹਾਡੇ ਜਵਾਬ ਮੈਂ ਦੇਵਾਂਗਾ ਉਹਨਾਂ ਜਵਾਬਾਂ ਤੋਂ ਬਾਅਦ ਫੈਸਲਾ ਸੰਗਤ ਕਰ ਦੇਗੀ ਔਰ ਉਹ ਜੋ ਵੀ ਫੈਸਲਾ ਹੋਊ ਖਿਹੜੇ ਮੱਥੇ ਪਰਵਾਨ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਵਾਸਤੇ ਮੈਂ ਨੌਕਰੀ ਛੱਡ ਕੇ ਥੜੇ ਤੇ ਬੈਠ ਸਕਦਾ ਆ ਨਾ ਤੇ ਪੰਥ ਵਾਸਤੇ ਆ ਲਖਣਾ ਲੁਖਣਾ ਤਾਂ ਕੁਝ ਵੀ ਨਹੀਂ ਸਾਰੀਆਂ ਹੀ ਸੀਟਾਂ ਛੱਡ ਕੇ ਘਰੇ ਬੈਠ ਜਾਵਾਂਗਾ ਰਹੀ ਗੱਲ ਤੁਹਾਨੂੰ ਮਿਲਣ ਦੀ ਉਥੇ ਸਿੰਘ ਸਾਹਿਬ ਜੀ ਕਹਿ ਰਹੇ ਕਿ ਸਾਨੂੰ ਅਸੀਂ ਮਿਲੇ ਆ ਨਹੀਂ ਸਿੰਘ ਸਾਹਿਬ ਜੀ ਸੰਤ ਬਾਬਾ ਸੇਵਾ ਸਿੰਘ ਜੀ ਜਿਉਂਦੇ ਜਾਗਦੇ ਆ ਸੰਗਤ ਜਾਣਦੀ ਉਹਨਾਂ ਨੂੰ ਫੋਨ ਕਰਕੇ ਪੁੱਛੋ ਕਿ ਤੁਸੀਂ ਭਾਈ ਵਿਡਾਲੇ ਨੂੰ ਭੇਜਿਆ ਸੀ ਕਿ ਸਿੰਘ ਸਾਹਿਬ ਆਪ ਮਿਲਣ ਆਏ ਸੀਗੇ ਉਥੇ ਗੁਰਦੁਆਰਾ ਸਾਹਿਬ ਦੀ ਸਰਾਹ ਚ ਉਥੇ ਸਾਨੂੰ ਬਾਬਾ ਜੀ ਨੇ ਭੇਜਿਆ ਹੈ 8 ਤਰੀਕ ਨੂੰ ਫਾਰਮ ਭਰੇ ਜਾਣੇ ਨੇ 12 ਤੱਕ ਦਾ ਸਮਾਂ ਹੈ ਤੇ 5 6 ਦੀ ਇਹ ਗੱਲ ਹੁੰਦੀ ਹੈ ਉਥੇ 2-3 ਦਿਨ ਦੇ ਵਿੱਚ ਤੇ ਜਦੋਂ ਅਸੀਂ ਸਿੰਘ ਸਾਹਿਬ ਜੀ ਨੂੰ ਜਾ ਕੇ ਮਿਲੇ ਆਂ ਕਹਿੰਦੇ ਜੀ 10 ਸੀਟਾਂ ਛੱਡੋ ਉਹਨਾਂ ਦਸਾਂ ਦੀ ਸੂਚੀ ਤੁਸੀਂ ਨਹੀਂ ਸਾਨੂੰ ਦਿੱਤੀ ਉਹ ਬਲਵਿੰਦਰ ਸਿੰਘ ਪੜੈਣ ਆਪ ਕੱਢ ਕੇ ਲਿਆਏ ਆ ਚੋਣ ਦਫ਼ਤਰੋਂ ਜਾਂ ਕਿੱਥੋਂ ਲਿਆਏ ਮੈਨੂੰ ਨਹੀਂ ਪਤਾ ਉਹ ਬਲਵਿੰਦਰ ਸਿੰਘ ਪੜੈਣ ਨੇ ਸਾਹਮਣੇ ਰੱਖਿਆ ਜਦੋਂ ਵੀ ਬੰਦੇ ਤੇ ਸਾਹਮਣੇ ਸਾਹਮਣੇ ਖੜੇ ਤੁਸੀਂ ਕਹ ਰਹੇ ਸਿੰਘ ਸਾਹਿਬ ਵੀ 46 ਸੀਟਾਂ ਤੇ ਵਿਡਾਲਾ ਲੜਿਆ ਸਾਬਤ ਕਰਨੀ ਪਾਉਣਾ ਤੁਹਾਡਾ ਝੂਠ ਨਿਕਲਣਾ 28 ਸੀਟਾਂ ਤੇ ਲੜੇ ਤੁਸੀਂ ਕਹਿ ਰਹੇ ਹੋ ਨਾ 100 ਤੋਂ ਵੱਧ ਵੋਟਾਂ ਨਹੀਂ ਪਈਆਂ ਜਿੱਥੇ ਤੁਹਾਡਾ ਉਮੀਦਵਾਰ ਸੀ ਉਹ ਵੀ ਵੇਖ ਲਿਓ ਤੇ ਸਾਡਾ 90 ਵੋਟਾਂ ਪਿੱਛੇ ਰਹਿ ਗਿਆ ਸੀਗਾ ਇੱਕ ਨੰਬਰ 'ਚ ਹੋਰ ਵੀ ਦਿਖਾ ਦੇਾਂਗੇ ਤੁਹਾਨੂੰ ਔਰ ਜਿਹੜੇ ਤੁਸੀਂ ਖੜੇ ਕੀਤੇ ਸੀ ਦੋ ਉਹ ਬਾਦਲਕਿਆਂ ਵਿੱਚੋਂ ਆਏ ਸਨ ਮੇਰੀ ਸ਼ਿਕਾਇਤ ਸੀ ਬਾਦਲਕਿਆਂ ਵਿੱਚੋਂ ਆਇਆਂ ਨੂੰ ਟਿਕਟ ਨਹੀਂ ਦੇਣ ਤੁਸੀਂ ਉਹਨਾਂ ਨੂੰ ਦਿੱਤੀ ਔਰ ਜਿੱਤਣ ਤੋਂ ਬਾਅਦ ਉਹ ਫਿਰ ਬਾਦਲਕਿਆਂ 'ਚ ਗਏ ਔਰ ਜਿੱਦੋ 2021 ਦੀ ਚੋਣ ਆਈ ਉਹ ਮੋੜ ਬਾਦਲਕਿਆਂ ਚ ਆ ਕੇ ਫਿਰ ਤੁਹਾਡੇ ਵੱਲੋਂ ਲੜੇ ਇਹਨੂੰ ਕੀ ਸਮਝਿਆ ਜਾਏ 10 ਸੀਟਾਂ ਛੱਡੀਆਂ ਸੀ ਤੁਹਾਨੂੰ 8 ਤੇ ਤੁਸੀਂ ਉਹਦੇ ਚ ਖੜੇ ਨਹੀਂ ਬੰਦੇ ਕੀਤੇ ਸਾਡੇ ਤੋਂ ਛਡਾਲੀਆਂ ਆਪ ਬੰਦੇ ਨਹੀਂ ਖੜੇ ਕੀਤੇ ਇਸ ਨੂੰ ਕੀ ਸਮਝਿਆ ਜਾਏ ਇਹ ਜਵਾਬ ਤੁਸੀਂ ਦੇਣੇ ਨੇ ਫੈਸਲਾ ਸੰਗਤ ਨੇ ਕਰਨਾ ਮੈਂ ਨਹੀਂ ਸੀ ਚਾਹੁੰਦਾ ਪਰ ਪਿਛਲੇ 2017 ਤੋਂ ਸਾਡੀ ਚੁੱਪ ਨੂੰ ਤੁਸੀਂ ਸਾਡੀ ਕਮਜ਼ੋਰੀ ਸਮਝਿਆ ਸਾਡਾ ਭੰਡੀ ਪ੍ਰਚਾਰ ਕੀਤਾ ਸਾਡੀ ਨਿਮਰਤਾ ਨੂੰ ਤੁਸੀਂ ਸਾਡੀ ਕਮਜ਼ੋਰੀ ਸਮਝੀ ਬੈਠੇ ਨਾ ਅਸੀਂ ਝੂਠੇ ਆ ਨਾ ਅਸੀਂ ਕਮਜ਼ੋਰ ਆ ਅਸੀਂ ਤੇ ਕੇਵਲ ਤੁਹਾਡਾ ਅਦਵਕਰ ਦੇ ਸੀਗੇ ਕਿ ਅਸੀਂ ਨਹੀਂ ਕੋਈ ਗੱਲ ਕਰਨੀ ਸਤਕਾਰਤ ਨਹੀਂ ਅੱਜ ਵੀ ਕਹਿ ਰਹੇ ਆ ਸੀਨੀਅਰ ਹੋ ਤੁਸੀਂ ਸੀਨੀਅਰ ਬਣੇ ਰਹੋ ਕੋਈ ਦਿੱਕਤ ਨਹੀਂ ਅਸੀਂ ਕਿਸੇ ਕੁਰਸੀ ਬਾਬਤ ਨਹੀਂ ਲੜ ਰਹੇ ਨਾ ਕਿਸੇ ਸੀਨੀਅਰ ਲਈ ਲੜ ਰਹੇ ਆ ਅਸੀਂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਭਵਿਕ ਲਈ ਸੁਰੱਖਿਆ ਸਿਹਤ ਲਈ ਉਹ ਅਸੀਂ ਇਹ ਬਾਜ ਦਿੱਤੀ ਹੋਈ ਹੈ ਔਰ ਵਾਰ-ਵਾਰ ਕਹਿ ਰਹੇ ਆਂ ਅੱਜ ਵੀ ਜਿੱਥੇ ਕੋ ਮੈਂ ਹਾਜ਼ਰ ਹੋਣ ਨੂੰ ਤਿਆਰ ਆਂ ਤੇ ਜਿਹੜੇ ਤੁਸੀਂ ਕਹਿ ਰਹੇ ਹੋ ਇੱਥੇ ਬਡਾਲੇ ਨੂੰ ਬੁਲਾਇਆ ਉੱਥੇ ਬੁਲਾਇਆ ਇਹ ਸਾਰੀਆਂ ਚੀਜ਼ਾਂ ਜਨਤਕ ਕਰ ਦਿਓ ਨਾ ਤਾਂ ਕਿ ਸੰਗਤ ਸਾਨੂੰ ਦੋਵਾਂ ਨੂੰ ਬੁਲਾ ਕੇ ਫੈਸਲਾ ਦੇ ਸਕੇ ਝੂਠਾ ਕੌਣ ਤੇ ਸੱਚਾ ਕੌਣ ਸੱਚ ਕੀ ਤੇ ਝੂਠ ਕੀ ਤੇ ਕਿੰਨੇ ਚੋਣ ਲੜਨੀ ਤੇ ਕਿੰਨੇ ਨਹੀਂ ਲੜਨੀ ਮੈਂ ਫਿਰ ਦੁਹਰਾ ਦਿੰਨਾ ਹੈ 4 ਨਵੰਬਰ ਵਾਲੇ ਇਕੱਠ ਵਿੱਚ ਵੀ ਤੁਹਾਡੇ ਖਿਲਾਫ ਨਹੀਂ ਬੋਲੇ ਅਸੀਂ ਅਸੀਂ ਇਹ ਗੱਲ ਕਹੀ ਸੀਗੀ ਕਿ 2017 ਚ ਤੇ 2021 ਚ 2017 ਚ ਤੁਸੀਂ ਸਰਨਿਆਂ ਨੂੰ ਗਾਲਾਂ ਕੱਢਦੇ ਸੀ ਜੀਕੇ ਨੂੰ ਵੀ ਕੱਢਦੇ ਸੀ ਤੇ 2021 ਚ ਤੁਸੀਂ ਸਰਨੇ ਨੂੰ ਵੀ ਰਲਵਾ ਲਿਆ ਤੇ ਜੀਕੇ ਨੂੰ ਵੀ ਰਲਾਉਣਾ ਚਾਹੁੰਦੇ ਇਹਨੂੰ ਕੀ ਸਮਝੀਏ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕਰਕੇ ਅਸੀਂ ਹਰੇ ਤੇ ਅੱਜ ਤੁਸੀਂ ਇਹ ਗੱਲਾਂ ਜਿਹੜੀਆਂ ਇੱਥੇ ਸੰਗਤ ਦੇ ਸਾਹਮਣੇ ਕਰ ਰਹੇ ਹੋ ਮੈਂ ਵਾਰ-ਵਾਰ ਕਹਿ ਰਿਹਾ ਹਾਂ ਉਹੀ ਗੱਲ ਫਿਰ 46 ਸੀਟਾਂ ਉੱਥੇ ਵੀ ਕਿਹਾ ਸੀਗਾ ਤੁਸੀਂ ਸਰਨਿਆਂ ਦੇ ਖਿਲਾਫ ਲੜੋ ਤੁਸੀਂ ਜੀਕੇ ਨਾਲ ਲੜੋ ਤੁਸੀਂ ਸਰਨੇ ਨਾਲ ਲੜੋ ਇਹ ਮੈਨੇ ਨਹੀਂ ਰੱਖਦਾ ਮੈਂ ਇਹ ਵੀ ਤੁਹਾਨੂੰ ਕਹਿ ਦਿੱਤਾ ਸੀਗਾ ਜਿਹੜੇ ਸਰਨਿਆਂ ਵੱਲੋਂ 2 ਏਲਤੀ ਤੁਹਾਡੇ ਵੱਲੋਂ ਮੇਰੇ ਕੋ 2021 ਚਾਏ ਪ੍ਰਤਾਪਨਗਰ ਉਹਨਾਂ ਨੂੰ ਵੀ ਬੇਨਤੀ ਕੀਤੀ ਸੀਗੀ ਵੀ 46 ਸੀਟਾਂ ਨੇ ਮੈਂ 46 ਦੀਆਂ 46 ਛੜੀਆਂ ਸਿੱਖ ਸਦ ਭਾਵਨਾ ਦਲ ਨਹੀਂ ਫਾਈਟ ਕਰੂਗਾ ਪਰ ਸਾਡੀ ਇੱਕ ਸ਼ਰਤ ਹੈ ਜਿਹੜੇ ਬੰਦੇ ਨਿਤਨੇਮੀ ਹੋਣ ਅੰਮ੍ਰਿਤਧਾਰੀ ਹੋਣ ਇਤਿਹਾਸ ਦੇ ਜਾਣਕਾਰੂ ਹੋਣ ਚਾਰ ਕੁਰੇਤਾਂ ਤੋਂ ਬਚੇ ਹੋਣ ਚਰਿੱਤਰਹੀਣ ਪ੍ਰਿਸ਼ਟਾ ਨਾ ਹੋਣ ਔਰ ਸਰਬੱਤ ਦਾ ਭਲਾ ਮੰਗਣ ਵਾਲੇ ਗੁਰਸਿੱਖ ਹੋਣ ਸਿਆਸੀ ਪਾਰਟੀਆਂ ਦੇ ਬੰਦੇ ਖੜੇ ਕੀਤੇ ਨਾ ਹੋਣ 46 ਸੀਟਾਂ ਲੈ ਜਾਓ ਜਵਾਬ ਮੈਨੂੰ ਕੀ ਮਿਲਿਆ ਉਹੀ ਤੁਹਾਡੇ ਆਲਾ ਅੰਮ੍ਰਿਤਧਾਰੀਆਂ ਤੋਂ ਤੁਸੀਂ ਕੀ ਕਰਾਉਣਾ ਇਹ ਗੱਲ ਤੁਸੀਂ ਕਹੀ ਸੀ ਮੈਨੂੰ ਕਹੀ ਸੀ ਔਰ ਗੁਰਦੁਆਰਾ ਸਾਹਿਬ ਦੀ ਸਰਾਹ ਚ ਕਹੀ ਸੀ ਇਸ ਲਈ ਇੱਥੇ ਵੀ ਇਹ ਗੱਲ ਕਹੀ 46 ਛੜ ਦੇਨੇ ਹੁਣ ਆਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਜਿਹੜਾ ਧੜਾ ਮਰਜੀ ਲੜੇ ਜਿੰਨੂੰ ਮਰਜੀ ਪੰਥ ਖੜਾ ਕਰੇ ਅੱਜ ਫੇਰ ਕਹਿ ਰਹੇ ਆਂ ਅਗਰ ਤੁਸੀਂ ਗੁਰਸਿੱਖ ਬੰਦੇ ਲਿਆਉਨੇ ਹੋ ਤਾ ਅੱਜ ਵੀ ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਆ। ਉੱਥੇ ਵੀ ਕਿਹਾ ਸੀ ਤੇ ਅੱਜ ਵੀ ਕਹਿ ਰਹੇ ਆਂ ਤੇ ਜੇ ਤੁਸੀਂ ਇੱਥੇ ਵੀ ਉਹੀ ਗੱਲਾਂ ਕਰਨੀਆਂ ਨੇ ਤੇ ਫਿਰ ਉਹਨਾਂ ਚਿਰ ਲੜਾਂਗਾ ਜਿੰਨਾ ਚਿਰ ਮਰਨੀ ਜਾਂਦਾ। ਜਿਉਣਾਏ ਪੰਥ ਦੀ ਖਾਤਰ ਬੈਠਾ ਹੈ। ਨਾ ਧੰਦਾ ਕੀਤਾ ਹੈ ਤੇ ਨਾ ਧੰਦਾ ਕਰਾਂਗੇ। ਗੁਰੂ ਵੇਖਦਾ ਹੈ। ਗੁਰੂ ਕਿਰਪਾ ਕਰੇ ਮੈਂ ਵੇਟ ਕਰਾਂਗਾ। ਹੁਣ ਤੁਸੀਂ ਕਾਲ ਕਦੋਂ ਦੇਣੇ ਹੋ? মিডিਆ ਜ਼ਰੀਏ ਤੁਹਾਨੂੰ ਕਹਿ ਰਿਹਾ ਕਿਉਂਕਿ ਸਾਡੇ ਤੁਸੀਂ ਫੋਨ ਫਾਨ ਤਾਂ ਕਿਸੇ ਦੇ ਸ਼ਾਇਦ ਨਾਂ ਸੁਣੋ ਤੇ ਮੈਂ ਤਾਂ ਨੰਗੇ ਪੈਰੀ ਆਉਣ ਨੂੰ ਵੀ ਤਿਆਰ ਸੀਗਾ ਜਿਹੜੇ ਬੰਦੇ ਕੁਝ ਸਾਡੇ ਤੱਕ ਆ ਕੇ ਕਹਿ ਰਹੇ ਸੀ ਕਿ ਭਾਈ ਸਾਹਿਬ ਤੁਸੀਂ ਮਿਲ ਲਓ ਮੈਂ ਕਿਹਾ ਤਿੰਨ ਸਾਲ ਤੋਂ ਮੈਂ ਬੈਠਾ ਹੀ ਹੋਣਾ ਤਾਂ ਫਰਜ ਉਹਨਾਂ ਦਾ ਬਣਦਾ ਸੀਗਾ ਪਰ ਚਲੋ ਪੰਥਕ ਹੋ ਕੇ ਤੋਂ ਉੱਠ ਕੇ ਮੈਂ ਉਹਨਾਂ ਦੇ ਘਰੇ ਚਲੇ ਜਾਂਦਾ ਮੇਰਾ ਉੱਥੇ ਕੋਈ ਕਿੱਲਾ ਨਹੀਂ ਫਸਿਆ ਹੋਇਆ ਧੌਣ ਦੇ ਵਿੱਚ ਪਰ ਇਹ ਹੁਣ ਫੈਸਲਾ ਸੰਗਤ ਨੇ ਕਰਨਾ ਹੈ ਕਿੰਨੇ ਚੋਣ ਲੜਨੀ ਤੇ ਕਿੰਨੇ ਨਹੀਂ ਲੜਨੀ ਕਿਹੜਾ ਸੀਨੀਅਰ ਤੇ ਕਿਹੜਾ ਜੂਨੀਅਰ ਤੇ ਕਿਹੜਾ ਪੰਥ ਦੀ ਸੇਵਾ ਕਰ ਰਿਹਾ ਤੇ ਕਿਹੜਾ ਖੇ ਖਾ ਰਿਹਾ ਇਹ ਜਵਾਬ ਤੁਸੀਂ ਦੇਣੇ ਹੋਣਗੇ ਤੇ ਖੇ ਕਿੱਥੇ ਤੇ ਕਿਵੇਂ ਖਾਧੀ ਜਾਂਦੀ ਹੈ ਪੰਥ ਜੀ ਇਹ ਸਿੰਘ ਸਾਹਿਬ ਜੀ ਤੋਂ ਜ਼ਰੂਰ ਪੁੱਛਿਓ ਜਿੱਥੇ ਵੀ ਬੋਲਣ ਆਉਂਦੇ ਨੇ ਵੀ ਸਿੰਘ ਸਾਹਿਬ ਜੀ ਇਹਨਾਂ ਜ਼ਰੂਰ ਦੱਸ ਦਿਓ ਉਹ ਕਿਹੜੀ ਖੇ ਤੇ ਕੀ ਆ ਜਿਹੜੇ ਜਿਹੜੇ ਹੁਣ ਅੱਗੇ ਇਲੈਕਸ਼ਨਾਂ ਲੜਨਗੇ ਇਹਨੂੰ ਸੇਵਾ ਕਹੋਗੇ ਚੋਣ ਪ੍ਰਕਿਰਿਆ ਕਹੋਗੇ ਇਹ ਜਾਂ ਸਾਰਾ ਪੰਥ ਹੁਣ ਖੇ ਖਾਏਗਾ ਜਾਂ ਜਿਹੜੇ ਹੁਣ ਬਾਦਲ ਕਿਆਂ ਦੀ 2 ਟੀਮ ਬਣ ਕੇ ਢਿੰਡਸਿਆਂ ਦੇ ਰਹੀਂ ਮੁੜ ਬੰਦੇ ਖੜੇ ਕਰਨਗੇ ਇਹਨੂੰ ਵੀ ਤੁਸੀਂ ਸੇਵਾ ਕਹੋਗੇ ਕਿ ਜਾਂ ਇਹ ਵੀ ਫਿਰ ਮੁੜ ਖੇ ਖਾਣ ਵਾਲੀ ਗੱਲ ਹੋ ਫੈਸਲਾ ਪੰਥ ਦੇ ਹੱਥ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ